ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਆਏ ਹਾਂ ਮੀਰਾਂ ਸ਼ਾਹ ਨੂਰ ਜੀ ਦੀ ਦਰਗਾਹ 'ਤੇ। ਅਤੇ ਇਹ ਜਿਹੜੀ ਦਰਗਾਹ ਹੈ, ਇਹ ਜ਼ਿਲ੍ਹਾ ਫਿਰੋਜ਼ਪੁਰ ਦੇ ਨੇੜੇ ਪੈਂਦੇ ਪਿੰਡ ਖਾਈ ਫੇਮੇ ਕੇ ਦੇ ਬਿਲਕੁਲ ਨਜ਼ਦੀਕ ਆ। ਅਤੇ ਦੋਸਤੋ, ਇਹ ਦਰਗਾਹ ਲਗਭਗ 450 ਸਾਲ ਪੁਰਾਣੀ ਦਰਗਾਹ ਦੱਸਦੇ ਨੇ। ਇਸ ਦਰਗਾਹ ਦੇ ਲਗਭਗ 12-13 ਏਕੜ ਜਿਹੜੀ ਆਸੇ ਪਾਸੇ ਦੀ ਜ਼ਮੀਨ ਆ, ਉਹ ਵੀ ਇਸ ਦਰਗਾਹ ਦੇ ਨਾਮ 'ਤੇ ਆ। ਦੋਸਤੋ, 1947 ਦੀ ਵੰਡ ਤੋਂ ਪਹਿਲਾਂ ਇਹਦੇ ਜਿੰਨੇ ਆਸੇ ਪਾਸੇ ਪਿੰਡ ਸਨ, ਉਹ ਵੀ ਤਕਰੀਬਨ ਸਾਰੇ ਮੁਸਲਮਾਨਾਂ ਦੇ ਪਿੰਡ ਸਨ। ਅਤੇ ਜਿਹੜੇ ਮੁਸਲਮਾਨ ਇੱਥੋਂ ਹਿਜਰਤ ਕਰਕੇ 47 ਦੀ ਵੰਡ ਵੇਲੇ ਗਏ ਹਨ, ਉਹ ਬਜ਼ੁਰਗ ਇਸ ਦਰਗਾਹ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ, ਕਿਉਂਕਿ 1947 ਦੀ ਵੰਡ ਤੋਂ ਪਹਿਲਾਂ ਵੀ ਜਦੋਂ ਇੱਥੇ ਮੇਲਾ ਲੱਗਦਾ ਸੀ ਤਾਂ ਆਸੇ ਪਾਸੇ ਦੇ ਲੋਕ ਇੱਥੇ ਦਰਗਾਹ 'ਤੇ ਮੇਲਾ ਵੇਖਣ ਆਉਂਦੇ ਸਨ। ਅਤੇ ਹੁਣ ਵੀ ਜਿਹੜਾ ਭਾਦਰੋਂ ਮਹੀਨੇ ਦੇ ਵਿੱਚ ਇੱਥੇ ਮੇਲਾ ਲੱਗਦਾ ਹੈ। ਮੀਰਾਂ ਸ਼ਾਹ ਨੂਰ ਜੀ ਦਾ ਜਨਮ ਰਾਜਸਥਾਨ ਦੇ ਸ਼ਹਿਰ ਅਜਮੇਰ ਦੇ ਨੇੜੇ ਕਿਸੇ ਪਿੰਡ ਵਿੱਚ ਹੋਇਆ ਸੀ। ਅਤੇ ਇੱਥੇ ਫਿਰੋਜ਼ਪੁਰ ਦੇ ਨੇੜੇ ਕਿਸੇ ਪਿੰਡ ਵਿੱਚ ਉਹਨਾਂ ਦਾ ਸਹੁਰਾ ਪਰਿਵਾਰ ਸੀ। ਅਤੇ ਉਸ ਤੋਂ ਬਾਅਦ ਮੀਰਾਂ ਸ਼ਾਹ ਨੂਰ ਜੀ ਨੇ ਇਸ ਜਗ੍ਹਾ 'ਤੇ ਆ ਕੇ ਭਗਤੀ ਕੀਤੀ ਸੀ, ਜਿਸ ਜਗ੍ਹਾ 'ਤੇ ਇਹ ਦਰਗਾਹ ਬਣੀ ਹੋਈ ਹੈ। ਅਤੇ ਦੋਸਤੋ, ਉਹਨਾਂ ਦੇ ਸਹੁਰਾ ਸਾਹਿਬ ਦਾ ਨਾਮ ਖੇਮੇ ਖਾਂ ਸੀ। ਅਤੇ ਉਸ ਤੋਂ ਬਾਅਦ ਜਿਹੜਾ ਇਹ ਪਿੰਡ ਵੱਸਿਆ ਸੀ ਖਾਈ ਫੇਮੇ ਕੀ, ਇਹ ਵੀ ਉਹਨਾਂ ਦੇ ਨਾਮ 'ਤੇ ਹੀ ਵੱਸਿਆ ਸੀ। ਇਸ ਦਾ ਨਾਮ ਜਿਹੜਾ ਪਹਿਲਾਂ ਸੀ ਉਹ ਖਾਈ ਖੇਮੇ ਕੀ ਸੀ, ਅਤੇ ਉਸ ਤੋਂ ਬਾਅਦ ਇਸ ਦਾ ਜਿਹੜਾ ਨਾਮ ਬਦਲ ਕੇ ਉਹ ਦੋਸਤੋ ਖਾਈ ਫੇਮੇ ਕੀ ਪੈ ਗਿਆ। ਇਹ ਜਿਹੜਾ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਲਾਬ, ਇਹ ਵੀ ਉਦੋਂ ਉਸੇ ਸਮੇਂ ਦਾ ਹੀ ਆ ਪੁਰਾਣਾ, ਜਦੋਂ ਦੀ ਇਹ ਦਰਗਾਹ ਬਣੀ ਹੋਈ ਆ। ਅਤੇ ਬਾਕੀ ਦੋਸਤੋ, ਦਰਗਾਹ ਦਾ ਜਿਹੜਾ ਸਾਰਾ ਵਿਊ ਆ ਤੁਸੀਂ ਵੀਡੀਓ ਦੇ ਵਿੱਚ ਦੇਖਿਆ, ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਆ ਜੀ, ਅਤੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ। ਧੰਨਵਾਦ।